ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਮਨ ਜੇਟਲੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਨੇ ਗਗਨ ਬੇਦੀ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦਿੰਦੇ ਹਾਂ ਕਿ ਹੁਣ ਤੱਕ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਕਰੋਨਾ ਵਾਇਰਸ ਦੇ ਕਿੰਨੇ ਮਰੀਜ਼ ਸੂਬੇ ਦੇ ਵਿੱਚ ਨੇ ਪਰ ਜੋ ਹੁਣੇ ਸਾਡੇ ਕੋਲ ਮੈਡੀਕਲ ਬੁਲੇਟਿਨ ਆਇਆ ਜੇਕਰ ਉਸਦੇ ਹਿਸਾਬ ਨਾਲ ਦੇਖੀਏ ਤਾਂ ਇਸ ਦੇ ਵਿੱਚ ਟੋਟਲ ਮਰੀਜ਼ ਜਿਹੜੇ ਨੇ ਯਾਨੀ ਕਿ ਜਿਹੜੇ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਨੇ ਉਹ ਗਿਣਤੀ 238 ਦੱਸੀ ਜਾ ਰਹੀ ਹੈ ਪਰ ਗਗਨ ਜੋ ਕੁਝ ਹੀ ਪਲਾਂ ਪਹਿਲਾਂ ਤਾਜ਼ਾ ਅਪਡੇਟ ਸਾਹਮਣੇ ਆਇਆ ਕਿ 6 ਨਵੇਂ ਮਾਮਲੇ ਜਲੰਧਰ ਸ਼ਹਿਰ ਤੋਂ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਇਹ ਗਿਣਤੀ ਵੱਧ ਕੇ 244 ਤੇ ਪਹੁੰਚ ਜਾਂਦੀ ਹੈ ਬਿਲਕੁਲ ਆਫੀਸ਼ੀਅਲੀ ਅਜੇ ਇਹਨਾਂ ਨੇ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਜਿਹੜਾ ਹੈਲਥ ਬੁਲੇਟਿਨ ਤਿਆਰ ਹੋ ਗਿਆ ਹੋਣਾ ਵਾ ਇਹ ਮਾਮਲੇ ਜਲੰਧਰ ਤੇ ਦੱਸੇ ਜਾ ਰਹੇ ਨੇ ਸੋ ਜਲੰਧਰ ਦੇ ਇਹਨਾਂ ਮਾਮਲਿਆਂ ਦੇ ਨਾਲ ਉੱਥੇ ਹੁਣ 45 ਦੇ ਕਰੀਬ ਗਿਣਤੀ ਹੋ ਗਈ ਹੈ ਸੋ ਅੱਜ ਥੋੜ੍ਹਾ ਜਿਹਾ ਸੁਖਾਵਾਂ ਰਿਹਾ ਸੀਗਾ ਕਿ ਸ਼ਾਮ ਤੱਕ ਜਿਵੇਂ ਮੋਹਾਲੀ ਦੇ ਵਿੱਚ 4 ਮਾਮਲੇ ਦੱਸੇ ਜਾ ਰਹੇ ਸੀ ਪਰ ਜਿਵੇਂ ਜਲੰਧਰ ਦੇ ਵਿੱਚ ਆਇਆ ਫਿਰ ਉਹੀ ਸਿਹਤ ਵਿਭਾਗ ਨੂੰ ਵੀ ਚਿੰਤਾ ਹੋਊਗੀ ਇਸ ਦੇ ਨਾਲ ਕੀ ਸੁਮਨ ਜਿਹੜੀ ਇੱਕ ਵੱਡੀ ਅਪਡੇਟ ਹੈਗੀ ਹੈ ਜਿਹੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਇੱਕ ਦਿੱਤੇ ਗਏ ਨੇ ਕਿ ਤਮਾਮ ਜ਼ਿਲ੍ਹਿਆਂ ਦੇ ਡੀਸੀਆਂ ਨੇ ਉਹਨਾਂ ਨੇ ਬਿਲਕੁਲ ਸਖਤੀ ਦੇ ਨਾਲ ਕਿਹਾ ਕਿ ਜਿਹੜਾ ਕਰਫਿਊ ਹੈ ਕਰਫਿਊ ਦਾ ਮਤਲਬ ਬਿਲਕੁਲ ਕਰਫਿਊ ਹੀ ਸਮਝਿਆ ਜਾਵੇ ਤੇ ਇਨ ਬਿਨ ਇਹਦੀ ਪਾਲਣਾ ਕਰਾਈ ਜਾਵੇ ਸਖਤਾਈ ਕੀਤੀ ਜਾਵੇ ਕਿਉਂਕਿ ਸੁਮਨ ਜਿਵੇਂ ਆਮ ਤੌਰ ਤੇ ਇਹ ਚੀਜ਼ ਦੇਖਣ ਦੇ ਵਿੱਚ ਆ ਰਹੀ ਹੈ ਕਿ ਹੁਣ ਜਿਹੜਾ 23-24-25 ਨੂੰ ਜਿੰਨਾ ਕੁ ਕਰਫਿਊ ਦਾ ਜ਼ੋਰ ਸੀਗਾ ਜਿੰਨੀ ਕੁ ਸਖਤਾਈ ਸੀ ਉਨੀ ਨਹੀਂ ਹੈਗੀ ਅਸੀਂ ਵੀ ਜਦੋਂ ਆਫਿਸ ਆਉਂਦੇ ਤਾਂ ਦੇਖਦੇ ਹਾਂ ਕਿ ਸਾਰਿਆਂ ਦੇ ਕੋਲ ਹੀ ਪਾਸ ਨੇ ਸਾਰੇ ਹੀ ਚਾਹੇ ਕਿਸੇ ਦੇ ਕੋਲ ਮੈਡੀਕਲ ਪ੍ਰਿਸਕ੍ਰਿਪਸ਼ਨ ਦੀ ਕੋਈ ਪਰਚੀ ਹੈ ਡਾਕਟਰ ਦੀ ਸਾਰੇ ਹੀ ਸੜਕਾਂ ਦੇ ਉੱਤੇ ਨੇ ਔਰ ਇਹ ਚੀਜ਼ ਨੂੰ ਬਹੁਤ ਜ਼ਿਆਦਾ ਮੰਨਿਆ ਜਾ ਰਿਹਾ ਕਿਉਂਕਿ ਹੁਣ ਦੇਖੋ ਤੁਸੀਂ ਲੋਕਡਾਊਨ ਅਖੀਰਲੇ ਦਿਨਾਂ ਦੇ 3 ਤਰੀਕ ਨੂੰ ਆਮ ਤੌਰ ਤੇ ਖਤਮ ਹੋਣ ਲਈ ਕਿਹਾ ਪਰ ਹਾਲਾਤ ਸੁਮਨ ਜੇ ਦੇਖੇ ਜਾਣ ਗਰਾਊਂਡ ਲੈਵਲ ਦੇ ਉੱਤੇ ਤਾਂ ਮਾਮਲੇ ਬਹੁਤ ਜ਼ਿਆਦਾ ਵੱਧਦੇ ਪਏ ਨੇ ਭਾਰਤ ਦੇ ਵਿੱਚ 17,000 ਦੇ ਕਰੀਬ ਪਹੁੰਚ ਚੁੱਕੇ ਨੇ ਮਾਮਲੇ ਔਰ ਤੁਸੀਂ ਦੇਖੋ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਕਿੰਨਾ ਜ਼ਿਆਦਾ ਹਾਲਾਤ ਲਗਾਤਾਰ ਚਿੰਤਾਜਨਕ ਬਣਦੇ ਜਾ ਰਹੇ ਬਿਲਕੁਲ ਤੇ ਇਹ ਜਿਹੜੀ ਛੋਟ ਦੀ ਤੁਸੀਂ ਗੱਲ ਕੀਤੀ ਹੈ ਜੋ ਪਹਿਲਾਂ ਅੱਜ ਸਵੇਰ ਤੋਂ ਹੀ ਸਾਹਮਣੇ ਆ ਰਿਹਾ ਸੀ ਮਾਮਲਾ ਕਿ ਕਈ ਥਾਵਾਂ ਤੇ ਜਿਹੜੀ ਹੈ ਛੋਟ ਮਿਲੇਗੀ ਚਾਹੇ ਉਹ ਇੰਡਸਟਰੀ ਨੂੰ ਲੈ ਕੇ ਹੋਵੇ ਚਾਹੇ ਸੀਮੈਂਟ ਦੀ ਦੁਕਾਨਾਂ ਨੇ ਚਾਹੇ ਉਹ ਪਲੰਬਰ ਨੇ ਹਾਈਵੇ ਦੇ ਢਾਬੇ ਜਾਂ ਮਕੈਨਿਕ ਜਿਹੜੇ ਨੇ ਉਹ ਜ਼ਰੂਰ ਕੰਮ ਕਰ ਸਕਦੇ ਨੇ ਪਰ ਉਹਨਾਂ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਿਹੜਾ ਆਇਆ ਗਗਨ ਇਹ ਥੋੜਾ ਕਨਫਿਊਜ਼ਿੰਗ ਜ਼ਰੂਰ ਹੈ ਕਨਫਿਊਜ਼ਿੰਗ ਹੈ ਸੁਮਨ ਕਿਉਂਕਿ ਅਲੱਗ ਅਲੱਗ ਤਰ੍ਹਾਂ ਦਾ ਕੀਤਾ ਜਾ ਰਿਹਾ ਬੇਸਿਕਲੀ ਜਿਵੇਂ ਗ੍ਰਹਿ ਵਿਭਾਗ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਇਹ ਚੀਜ਼ ਕਹੀ ਗਈ ਸੀ ਕਿ 20 ਤਰੀਕ ਤੋਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਥੋੜ੍ਹੀ ਜਿਹੜੇ ਹੌਟਸਪੌਟ ਨਹੀਂ ਹੈਗੇ ਖਾਸ ਤੌਰ 'ਤੇ ਇਲਾਕੇ ਪੇਂਡੂ ਇਲਾਕਿਆਂ ਦੇ ਵਿੱਚ ਰੇਤਾ ਬਜਰੀ ਅਤੇ ਸੀਮਿੰਟ ਦੀ ਵਿਕਰੀ ਸ਼ੁਰੂ ਹੋਵੇਗੀ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਕੋਈ ਮਕੈਨਿਕ ਹੈਗੇ ਨੇ ਸਕੂਟਰ ਮਕੈਨਿਕ ਜਾਂ ਕਾਰ ਮਕੈਨਿਕ ਹੈਗੇ ਨੇ ਜਾਂ ਇਸ ਤੋਂ ਇਲਾਵਾ ਟਰੱਕ ਜਿਹੜੇ ਰਿਪੇਅਰ ਕਰਨ ਵਾਲੇ ਨੇ ਹਾਈਵੇ ਦੇ ਢਾਬੇ ਹੈਗੇ ਨੇ ਈ ਕਮਰਸ ਕੰਪਨੀਆਂ ਨੇ ਇਸ ਤਰ੍ਹਾਂ ਕਈ ਚੀਜ਼ਾਂ ਕੀਤੀਆਂ ਗਈਆਂ ਸੀ ਕਈ ਥਾਵਾਂ ਦੇ ਉੱਤੋਂ ਪੈਕਡ ਫੂਡ ਦੀ ਵੀ ਗੱਲ ਕੀਤੀ ਗਈ ਸੀ ਦੇ ਸਕਦੇ ਪਰ ਜਿਹੜੀਆਂ ਅਸੈਂਸ਼ੀਅਲ ਇਸ ਤਰ੍ਹਾਂ ਦੀਆਂ ਸਰਵਿਸਿਜ਼ ਪਰ ਗਗਨ ਕਿਤਾਬਾਂ ਦੀ ਸਟੇਸ਼ਨਰੀ ਦੀ ਦੁਕਾਨਾਂ ਖੋਲੀਆਂ ਤੁਹਾਨੂੰ ਲੱਗਦਾ ਕਿ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਸੁਮਨ ਇਹ ਬਿਲਕੁਲ ਇਹ ਠੀਕ ਹੈ ਚੀਜ਼ ਕਿਹਾ ਇਹ ਜਾ ਰਿਹਾ ਕਿਉਂਕਿ ਮੈਨੂੰ ਲੱਗਦਾ ਕਿ ਸ਼ਾਇਦ ਇਹ ਹੋਊਗਾ ਕਿ ਬੱਚਿਆਂ ਦੀ ਸਟੱਡੀ ਨਾ ਹੋਵੇ ਪਰ ਤੁਸੀਂ ਜਿਸ ਤਰ੍ਹਾਂ ਕਿ ਪਟਿਆਲਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਔਰ ਇੱਕ ਬੰਦੇ ਤੋਂ 9 ਬੰਦੇ ਪੋਜ਼ਿਟਿਵ ਹੋਏ ਨੇ ਸੋ ਇਹ ਚੀਜ਼ਾਂ ਬਿਲਕੁਲ ਧਿਆਨਯੋਗ ਨੇ ਇਹ ਸੁਮਨ ਇਹ ਤਾਂ ਹੀ ਆ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਚੀਜ਼ ਕਹੀ ਗਈ ਆ ਨਵੀਆਂ ਜਿਹੜੇ ਹਦਾਇਤਾਂ ਕੀਤੀਆਂ ਗਈਆਂ ਨੇ ਡੀਸੀਆਂ ਨੂੰ ਇਹ ਬਿਲਕੁਲ ਇਸੇ ਚੀਜ਼ ਵੱਲ ਇਸ਼ਾਰਾ ਕਰਦੇ ਆ ਕਿਉਂਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਇਹ ਲਗਾਤਾਰ ਜਿਹੜੇ ਮਰੀਜ਼ਾਂ ਦਾ ਵਧਣਾ ਕਿਉਂਕਿ ਪੰਜਾਬ ਦੀ ਜੇ ਆਬਾਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਮਰੀਜ਼ਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਸੁਖਾਵੀ ਨਹੀਂ ਹੈਗੀ ਸੁਮਨ ਔਰ ਹੁਣ ਮੈਨੂੰ ਲੱਗਦਾ ਕਈ ਜਿਹੜੇ ਜ਼ਿਲ੍ਹੇ ਹੈਗੇ ਨੇ ਉਹਨਾਂ ਦੇ ਵਿੱਚ ਇਹ ਚਪੇਟ ਦੇ ਵਿੱਚ ਆ ਚੁੱਕੇ ਨੇ ਇਹਦੀ ਔਰ ਇਸ ਦੇ ਨਾਲ ਕੀ ਇੱਕ ਹੋਰ ਅਪਡੇਟ ਦੇ ਦਈਏ ਇਹ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜੀਆਂ ਮੈਡੀਕਲ ਦੀਆਂ ਦੁਕਾਨਾਂ ਨੇ ਜਿਹੜੇ ਕੈਮਿਸਟ ਸ਼ਾਪ ਨੇ ਉਹਨਾਂ ਨੂੰ ਵੀ ਇਹ ਹਦਾਇਤ ਕੀਤੀ ਗਈ ਹੈ ਜੇ ਕੋਈ ਸਿਰਦਰਦ ਦੀ ਖੰਘ ਦੀ ਜ਼ੁਕਾਮ ਦੀ ਇਸ ਤਰ੍ਹਾਂ ਦੇ ਜਿਹੜੇ ਕੋਈ ਸਿੰਪਟਮਸ ਹੁੰਦੇ ਨੇ ਬੁਖਾਰ ਦੀ ਦਵਾਈ ਆਪਾਂ ਉਦਾਂ ਹੀ ਲੈ ਲੈਂਦੇ ਹਾਂ ਬਿਨਾਂ ਕੋਈ ਪ੍ਰਿਸਕ੍ਰਿਪਸ਼ਨ ਤੋਂ ਉਹਨਾਂ ਨੇ ਕਿਹਾ ਕਿ ਡਾਟਾ ਤੁਸੀਂ ਇੱਕ ਡਾਟਾਬੇਸ ਤਿਆਰ ਕਰੋ ਜੇ ਕੋਈ ਇਸ ਤਰ੍ਹਾਂ ਦੀ ਦਵਾਈ ਲੈਣ ਆਉਂਦਾ ਤਾਂ ਉਹਨਾਂ ਦੇ ਉੱਤੇ ਵੀ ਸੁਮਨ ਨਜ਼ਰ ਰੱਖੀ ਜਾਵੇ ਕਿਉਂਕਿ ਆਮ ਤੌਰ 'ਤੇ ਇਹ ਸੀਜ਼ਨ ਵੀ ਉਸੇ ਚੀਜ਼ ਦਾ ਹੈਗਾ ਅਤੇ ਬਿਲਕੁਲ ਵੀ ਹੁਣ ਮੈਨੂੰ ਲੱਗਦਾ ਕਿ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਕਿਉਂਕਿ ਜਿਵੇਂ ਪਟਿਆਲਾ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕੱਲ੍ਹ ਕਿੰਨੇ ਕੇਸ ਆਏ ਨੇ ਔਰ ਇੱਕਦਮ ਇਸ ਤਰ੍ਹਾਂ ਦਾ ਛੜੱਪਾ ਵੱਜਣਾ ਇਹ ਬਹੁਤ ਚਿੰਤਾਵਾਂ ਜਲੰਧਰ ਤੋਂ ਗਗਨ ਲਗਾਤਾਰ ਕੋਈ ਵੀ ਦਿਨ ਅਜਿਹਾ ਨਹੀਂ ਛੁੱਟ ਰਿਹਾ ਜਿੱਥੇ ਮਾਮਲੇ ਸਾਹਮਣੇ ਨਾ ਆਉਣ ਤੇ ਇੱਕ ਅੱਧਾ ਜਾਂ ਦੋ ਮਾਮਲੇ ਨਹੀਂ ਇਕੱਠੇ ਮਾਮਲੇ ਅੱਜ 6 ਮਾਮਲੇ ਸਾਹਮਣੇ ਆਏ ਨੇ ਬੜੀ ਵੱਡੀ ਚਿੰਤਾ ਜਲੰਧਰ ਆਲਰੇਡੀ ਰੈੱਡ ਜ਼ੋਨ ਦੇ ਅੰਡਰ ਆ ਰਿਹਾ ਬਿਲਕੁਲ ਹਜੇ ਆਫੀਸ਼ੀਅਲੀ ਸੁਮਨ ਉਹਨਾਂ ਨੇ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਉਹਦੇ ਵਿੱਚ ਐਡ ਨਹੀਂ ਕੀਤਾ ਪਰ ਅਨਆਫੀਸ਼ੀਅਲੀ ਇਹ ਗੱਲ ਚੀਜ਼ ਇਹ ਪੱਕੀ ਹੈਗੀ ਹੈ ਕਿ ਜਲੰਧਰ ਦੇ ਵਿੱਚ ਆਏ ਨੇ ਇਸ ਤੋਂ ਪਹਿਲਾਂ ਵੀ ਬਸਤੀ ਦਾਨਿਸ਼ਮੰਦਾਂ ਦੇ ਵਿੱਚ ਕਈ ਮਾਮਲੇ ਸਾਹਮਣੇ ਆਏ ਸੀ ਔਰ ਜਲੰਧਰ ਦੇ ਵਿੱਚ ਇਸ ਤਰ੍ਹਾਂ ਦਾ ਆਉਣਾ ਮੈਨੂੰ ਲੱਗਦਾ ਕਿ ਜਲੰਧਰ ਵੀ ਇੱਕ ਤਰ੍ਹਾਂ ਦੇ ਨਾਲ ਹੌਟਸਪੌਟ ਬਣਦਾ ਜਾ ਰਿਹਾ ਔਰ ਬਣ ਚੁੱਕਾ ਕਈ ਮਾਮਲੇ ਸਾਹਮਣੇ ਆ ਰਹੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੀ ਗੱਲ ਕਰ ਲਓ ਨਵਾਂ ਸ਼ਹਿਰ ਦੀ ਮੋਹਾਲੀ ਦੀ ਤੁਸੀਂ ਗੱਲ ਕਰ ਲਓ ਔਰ ਇਸ ਤਰ੍ਹਾਂ ਕਈ ਇਲਾਕੇ ਨੇ ਜਿਹੜੇ ਪੰਜਾਬ ਦੇ ਇਸ ਤਰ੍ਹਾਂ ਪੂਰੀ ਤਰ੍ਹਾਂ ਦੇ ਨਾਲ ਹੌਟਸਪੌਟ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਔਰ ਸੁਮਨ ਇੱਕ ਇਹ ਵੀ ਗੱਲ ਹੈ ਕਿ ਜਿਹੜਾ
ਜਿਹੜੇ ਹੌਟਸਪੌਟ ਖੇਤਰ ਨੇ ਉੱਥੇ ਬਿਲਕੁਲ ਕੋਈ ਰਿਆਇਤ ਨਹੀਂ ਮਿਲਣੀ। ਉਹ ਇਹ ਕੇਂਦਰ ਸਰਕਾਰ ਵੱਲੋਂ ਵੀ ਕਿਹਾ ਗਿਆ ਸੀ ਕਿ 20 ਤਰੀਕ ਨੂੰ ਜਿਹੜੀਆਂ ਛੂਟਾਂ ਦੇਣੀਆਂ ਨੇ ਉਹਦੇ ਵਿੱਚ ਹੌਟਸਪੌਟ ਵਾਲੇ ਜਿਹੜੇ ਸੀਗੇ ਜਿਹੜੇ ਖੇਤਰ ਸੀਗੇ ਉਹਨਾਂ ਨੂੰ ਕੋਈ ਰਿਆਇਤ ਨਹੀਂ ਮਿਲਣੀ। ਪਰ ਜਿਨ੍ਹਾਂ ਖੇਤਰਾਂ ਦੇ ਵਿੱਚ ਅਸੀਂ ਰਿਆਇਤ ਦੇ ਰਹੇ ਹਾਂ ਉਹ ਹੌਟਸਪੌਟ ਬਣ ਸਕਦੇ ਨੇ ਜੇਕਰ ਇਸੇ ਤਰ੍ਹਾਂ ਛੋਟ ਮਿਲੀ। ਬਿਲਕੁਲ ਬਿਲਕੁਲ, ਜੇ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਬਠਿੰਡੇ ਜੇ ਰਿਆਇਤ ਦਿੱਤੀ ਵੀ ਜਾਵੇ ਤਾਂ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਲਿਮਿਟੇਸ਼ਨ ਹੋਣੀ ਚਾਹੀਦੀਆਂ ਨੇ। ਜੇ ਬਾਹਰਲੇ ਲੋਕ ਉੱਥੇ ਅੰਦਰ ਆਣਗੇ ਤਾਂ ਮੈਨੂੰ ਲੱਗਦਾ ਫਿਰ ਉੱਥੇ ਵੀ ਇਹ ਸਮੱਸਿਆ ਆ ਸਕਦੀ ਹੈ। ਇਹਦੇ ਨਾਲ ਮੁਕਾਬਲੇ ਦਾ ਇੱਕੋ ਇੱਕ ਇਹੀ ਤਰੀਕਾ ਹੈਗਾ ਕਿ ਲੋਕ ਜੇ ਜਿਉਂਦੇ ਰਹਿਣਗੇ ਤਾਂ ਹੀ ਇਹ ਸਾਰਾ ਕੁਛ, ਤਾਂ ਹੀ ਅਰਥਚਾਰਾ ਸਭ ਕੁਝ ਚੱਲ ਪਾਵੇਗਾ। ਪਰ ਹਾਲੇ ਸਰਕਾਰਾਂ ਦੇ ਲਈ ਬਹੁਤ ਵੱਡੇ ਪੱਧਰ ਦੇ ਸੁਮਨ ਚੁਣੌਤੀ ਬਣੀ ਹੋਈ ਹੈ ਕਿਉਂਕਿ ਕਿਹਾ ਇਹ ਜਾ ਰਿਹਾ ਕਿ ਕਮਿਊਨਿਟੀ ਟ੍ਰਾਂਸ ਜਿਹੜਾ ਹੁੰਦਾ ਵਾ ਦੂਜੇ ਤੋਂ ਥਰਡ ਸਟੇਜ ਆ ਉਹਦੇ ਵਿੱਚ ਅਜੇ ਬਚਾਅ ਹੈਗਾ ਵਾ, ਪਰ ਇਹੀ ਜੋ ਮਤਲਬ ਹਾਲੇ ਅਸੀਂ ਲੋਕਲ ਟ੍ਰਾਂਸਮਿਸ਼ਨ ਸੈਕੰਡ ਸਟੇਜ ਤੇ ਆ। ਬਿਲਕੁਲ, ਔਰ ਜਿਹੜਾ ਪੀਜੀਆਈ ਦੀ ਵੀ ਰਿਪੋਰਟਾਂ ਬਾਰ ਬਾਰ ਆ ਰਹੀਆਂ ਜਿਵੇਂ ਸੁਮਨ, ਕੱਲ ਪੀਜੀਆਈ ਦੇ 2 ਹੈਲਥ ਵਰਕਰ ਵੀ ਪੋਜ਼ਿਟਿਵ ਪਾਏ ਗਏ ਸੀ। ਸੋ ਇਹ ਲਗਾਤਾਰ ਜਿਹੜਾ ਸਿਸਟਮ ਆ ਸੁਮਨ ਹੁੰਦਾ ਜਾ ਰਿਹਾ, ਔਰ 3 ਤਰੀਕ ਵੀ ਹੁਣ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਪਹਿਲਾਂ 1 ਮਈ ਤੱਕ ਕਰਫਿਊ ਲਗਾਇਆ ਗਿਆ ਸੀ ਔਰ ਪ੍ਰਧਾਨ ਮੰਤਰੀ ਦੇ ਜਦੋਂ ਐਲਾਨ ਕੀਤਾ ਗਿਆ ਤਾਂ ਉਸਨੂੰ ਲੋਕਡਾਊਨ ਦੇ ਨਾਲ 3 ਤਰੀਕ ਤੱਕ ਸੁਮਨ ਐਕਸਟੈਂਡ ਕਰ ਦਿੱਤਾ ਗਿਆ। ਸੋ ਇਹ ਜਿਹੜੀਆਂ ਨਵੀਆਂ ਗਾਈਡਲਾਈਨਸ ਨੇ ਬਿਲਕੁਲ ਇਹ ਮੰਨ ਕੇ ਚੱਲੋ ਕਿ ਮੁੱਖ ਮੰਤਰੀ ਦੇ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ ਨੇ ਜਾਂ ਅਸੀਂ ਵੀ ਦੇਖਦੇ ਹਾਂ ਤਾਂ ਸਰਕਾਰਾਂ ਦੇ ਤੋਂ ਕੁਛ ਵੀ ਓਹਲੇ ਨਹੀਂ ਰਹਿੰਦਾ, ਹੁਣ ਤਾਂ ਕਈ ਥਾਵਾਂ ਤੇ ਡਰੋਨ ਵੀ ਲੱਗੇ ਨੇ, ਸੋ ਸਾਰਾ ਉਹਨਾਂ ਦੇ ਤੱਕ ਫੀਡਬੈਕ ਪਹੁੰਚ ਹੀ ਰਹਿੰਦੀ ਹੈ। ਇਸ ਦੇ ਨਾਲ ਕੀ ਜਿਹੜੀ ਕਣਕ ਦੀ ਚੱਲ ਰਹੀ ਆ ਖਰੀਦ, ਔਰ ਉੱਥੇ ਵੀ ਕਿਹਾ ਗਿਆ ਕਿ ਹੈਲਥ ਆਡਿਟ ਜ਼ਰੂਰ ਕੀਤਾ ਜਾਵੇ ਮੰਡੀਆਂ ਦੇ ਵਿੱਚ, ਜਿਹੜੇ ਪ੍ਰਬੰਧ ਹੈਗੇ ਨੇ ਉਹਨਾਂ ਦੀ ਦਰੁਸਤੀ ਦੇਖੀ ਜਾਵੇ, ਸਕੈਨਿੰਗ ਕੀਤੀ ਜਾਵੇ ਜਦੋਂ ਉੱਥੇ ਕਿਸਾਨ ਆ ਰਹੇ ਨੇ ਜਾਂ ਹੋਰ ਜਿਹੜੀ ਲੇਬਰ ਆ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਐਮਰਜੈਂਸੀ ਸੇਵਾਵਾਂ ਹੈਗੀਆਂ ਨੇ ਉਹਨਾਂ ਦੀਆਂ ਗੱਡੀਆਂ ਨੇ ਉਹਨਾਂ ਨੂੰ ਜਾਣ ਦਿੱਤਾ ਜਾਵੇ, ਜਾਂ ਹੋਰ ਕਈ ਤਰ੍ਹਾਂ ਦੇ ਟੋਲ ਪਲਾਜ਼ੇ ਤਾਂ ਪਹਿਲਾਂ ਹੀ ਬੰਦ ਹੈਗੇ ਨੇ ਔਰ ਉਹਨਾਂ 'ਤੇ ਟੋਲ ਕੋਈ ਨਹੀਂ ਲਗਾਇਆ ਜਾਵੇਗਾ, ਇਸ ਤਰ੍ਹਾਂ ਦੀਆਂ ਕਈ ਗਾਈਡਲਾਈਨਾਂ ਨੇ। ਪਰ ਜਿਹੜੀ ਮੇਨ ਸੁਮਨ ਇਹੀ ਚੀਜ਼ ਆ ਜਿਹੜੇ ਡੀਸੀਆਂ ਨੂੰ ਹੁਕਮ ਕਿਸੇ ਸੂਬੇ ਦੇ ਸੀਐਮ ਦੇ ਵੱਲੋਂ ਜਾਰੀ ਕਰਨੇ, ਇਹ ਆਪਣੇ ਆਪ ਦੇ ਵਿੱਚ ਖਾਸ ਚੀਜ਼ ਹੈਗੀ ਆ ਕਿ ਹੁਣ ਸਖਤਾਈ ਦੇ ਨਾਲ ਪਾਲਣਾ ਕਰੋ ਕਿਉਂਕਿ ਅਜੇ ਵੀ ਸੁਮਨ 10 ਤੋਂ ਵੱਧ ਦਿਨ ਪਏ ਨੇ, 13-14 ਦਿਨ ਰਹਿੰਦੇ ਨੇ। ਸੋ ਸਰਕਾਰ ਨੂੰ ਲੱਗਦਾ ਕਿ ਇਹਨਾਂ ਜਿਹੜੇ 13-14 ਦਿਨ ਨੇ ਇਹਨਾਂ ਦਾ ਮੈਕਸੀਮਮ ਇਹਨਾਂ ਦੇ ਉਹ ਤੋਂ ਆਊਟਪੁੱਟ ਲਿੱਤੀ ਜਾਵੇ, ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਲਿੱਤਾ ਜਾਵੇ ਔਰ ਹਾਲਾਤ ਇਸ ਤਰ੍ਹਾਂ ਦੇ ਬਣ ਸਕਣ ਕਿ ਪੰਜਾਬ ਮੁੜ ਤੋਂ ਲੀਹ ਤੇ ਆ ਸਕੇ, 3 ਤੋਂ ਬਾਅਦ ਕਿ 3 ਤੋਂ ਬਾਅਦ ਐਕਸਟੈਂਡ ਦਾ ਕਰਨਾ ਪਵੇ। ਬਹੁਤ ਸਾਰੇ ਵਾਰੀਅਰਸ ਨੇ ਗਗਨ ਆਪਣੀ ਜ਼ਿੰਦਗੀ ਦੀ ਜੰਗ ਹਾਰੀ ਹੈ ਕੋਰੋਨਾ ਦੀ ਲੜਾਈ ਦੇ ਦੌਰਾਨ। ਬੀਤੇ ਦਿਨੀ ACP ਨੌਰਥ ਜਿਹੜੇ ਨੇ ਇਹ ਜੰਗ ਹਾਰ ਚੁੱਕੇ ਨੇ, ਅਨਿਲ ਕੋਹਲੀ ਇਤਿਹਾਸ ਦੇ ਤੌਰ ਤੇ ਲੁਧਿਆਣਾ ਦੇ DC ਨੇ ਵੀ ਆਪਣੇ ਆਪ ਨੂੰ ਜਿਹੜਾ ਹੋਮ ਕੁਆਰੰਟਾਈਨ ਕਰ ਲਿਆ। ਸੁਮਨ ਬਿਲਕੁਲ ਉਹੀ ਚੀਜ਼ ਆ ਜਿਵੇਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਖੁਦ ਨੂੰ ਇਕਾਂਤਵਾਸ ਦੇ ਵਿੱਚ ਰੱਖਿਆ ਗਿਆ। ਸੋ ਇਸ ਚੀਜ਼ ਦੀ ਨਾਜ਼ੁਕਤਾ ਦੇਖੀ ਜਾ ਸਕਦੀ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਪੱਤਰਕਾਰ ਹੋਵੇ ਜਾਂ ਪੁਲਿਸ ਵਾਲੇ ਹੋਵੇ, ਇਹਨਾਂ ਦਾ ਇਸ ਦੌਰ ਦੇ ਵਿੱਚ ਵੀ ਜਦੋਂ ਬਿਲਕੁਲ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਅਲੱਗ ਰੱਖੋ, ਇਕਾਂਤਵਾਸ ਦੇ ਵਿੱਚ ਰਹੋ, ਜਿਹੜੇ ਇਸ ਤਰ੍ਹਾਂ ਚਾਹੇ ਡਾਕਟਰਸ ਨੇ ਇਹਨਾਂ ਦਾ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਮਿਲਣਾ ਰਹਿੰਦਾ ਸੁਮਨ। ਸੋ ਜੇ ਇਕਾਂਤਵਾਸ ਦੇ ਵਿੱਚ ਰੱਖਿਆ ਜਾਵੇਗਾ ਘਰੋਂ ਕੰਮ ਕਰਨਗੇ ਉਹ, ਉਹਨਾਂ ਨੇ ਆਪਣੇ ਵੀ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਘਰੋਂ ਚਲਾਓ ਕੰਮ, ਜਿੰਨਾ ਹੋ ਸਕੇ ਘੱਟੋ ਘੱਟ ਨਿਕਲੋ, ਕਿਉਂਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਕਈ ਥਾਵਾਂ ਦੇ ਉੱਤੇ ਵਿਜ਼ਿਟ ਕੀਤੀ ਜਾਂਦੀ ਹੈ। ਔਰ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਅਨਿਲ ਕੋਹਲੀ ਹੋਰਾਂ, ਉਹਨਾਂ ਦੀ ਵੀ ਸਬਜ਼ੀ ਮੰਡੀ ਦੇ ਵਿੱਚ ਡਿਊਟੀ ਲੱਗੀ ਸੀ ਜਲੰਧਰ ਬਾਈਪਾਸ ਦੇ ਕੋਲ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਜਗ੍ਹਾ ਨੇ ਜਿੱਥੇ ਭੀੜ ਭੜ ਹੁੰਦੀ ਹੈ, ਫੁੱਟਫਾਲ ਜ਼ਿਆਦਾ ਵਾ, ਸੋ ਉੱਥੇ ਤੁਹਾਨੂੰ ਜ਼ਿਆਦਾ ਚਾਂਸ ਰਹਿੰਦੇ ਨੇ ਕਿਸੇ ਦੇ ਵੀ ਇਸ ਤਰ੍ਹਾਂ ਇਫੈਕਟ ਹੋਣ ਦੇ। ਗਗਨ ਇੱਕ ਵੱਡਾ ਅਪਡੇਟ ਅੱਜ ਸਾਂਝਾ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਰਸ਼ਕ ਨਵੇਂ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਤੱਕ ਉਹ ਅਪਡੇਟ ਨਹੀਂ ਪਹੁੰਚਿਆ ਕਿ ਜੋ ਸੰਗਤ ਕਾਫੀ ਦਿਨਾਂ ਤੋਂ ਜਦੋਂ ਦਾ ਇਹ ਮਾਹੌਲ ਬਣਿਆ ਮਹਾਮਾਰੀ ਦਾ, ਜਦੋਂ ਦਾ ਇਹ ਲੋਕਡਾਊਨ ਸ਼ੁਰੂ ਹੋਇਆ, ਜਿਹੜੀ ਸੰਗਤ ਹਜ਼ੂਰ ਸਾਹਿਬ ਫਸੀ ਹੋਈ ਸੀ ਤੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਹੈ ਇੱਕ ਵੱਡੀ ਅਨਾਊਂਸਮੈਂਟ ਕੀਤੀ ਹੈ ਕਿ ਪ੍ਰਸ਼ਾਸਨ ਦੇ ਨਾਲ ਲਗਾਤਾਰ ਉਹਨਾਂ ਨੂੰ ਚਿੱਠੀਆਂ ਲਿਖ ਕੇ ਅੱਜ ਉਹਨਾਂ ਨੇ ਇਹ ਕਲੀਅਰ ਕੀਤਾ ਕਿ ਜਿਹੜੀ ਸੰਗਤ ਉੱਥੇ ਫਸੀ ਹੋਈ ਸੀ ਉਹਨਾਂ ਨੂੰ ਹੁਣ ਜਲਦ ਤੋਂ ਜਲਦ ਜਿਹੜਾ ਆਪਣੇ ਘਰ ਵਾਪਸ ਲਿਆਂਦਾ ਜਾਏਗਾ। ਬਿਲਕੁਲ ਸੁਮਨ, ਇਹ ਲੰਮੇ ਸਮੇਂ ਤੋਂ ਚੱਲਦੇ ਸੀ, ਇੱਕ ਵਾਰੀ ਅਸੀਂ ਕਿ ਸਾਡੇ ਨਾਲ ਕਾਲਰ ਵੀ ਜੁੜੇ ਸੀ ਉੱਥੇ, ਉਹਨਾਂ ਨੇ ਵੀਡੀਓ ਵੀ ਭੇਜੀ ਸੀ ਉੱਥੇ, ਉਹ ਕਹਿੰਦੇ ਸੀਗੇ ਕਿ 4,000 ਤੋਂ ਵੱਧ ਲੋਕ ਫਸੇ ਹੋਏ ਨੇ। ਮੋਗਾ ਜ਼ਿਲ੍ਹੇ ਦੇ ਸੀਗੇ ਉਹ, ਬਾਦ ਸਿੰਘ ਸੀਗੇ, ਇੱਥੋਂ ਪੂਰੀ ਫੈਮਿਲੀ ਗਈ ਆ ਔਰ ਉਹਨਾਂ ਦਾ ਕਹਿਣਾ ਸੀ ਕਿ ਕਟਾਈ ਦਾ ਸੀਜ਼ਨ ਵੀ ਲੰਘ ਰਿਹਾ, ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਸੁਮਨ ਹੋਲੇ ਮੁਹੱਲੇ ਦੇ ਲਈ ਵੱਡੇ ਪੱਧਰ 'ਤੇ ਪੰਜਾਬ ਤੋਂ, ਹਰਿਆਣੇ ਤੋਂ ਔਰ ਖਾਸ ਤੌਰ 'ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਲੋਕ ਉੱਥੇ ਗੁਰੂ ਚਰਨਾਂ ਦੇ ਵਿੱਚ ਸਜਦਾ ਕਰਨ ਦੇ ਲਈ ਜਾਂਦੇ ਨੇ ਔਰ ਅਮੂਮਨ ਤੌਰ 'ਤੇ ਟਰੱਕਾਂ ਦੇ ਉੱਤੇ ਵੀ ਲੋਕ ਜਾਂਦੇ ਨੇ ਔਰ ਟਿਕਟਾਂ ਬੁੱਕ ਹੋਈਆਂ ਹੁੰਦੀਆਂ ਨੇ। ਬਹੁਤੇ ਲੋਕਾਂ ਦੀ ਜਿਹੜੀ ਟਿਕਟ ਸੀਗੀ ਉਹ 23 ਮਾਰਚ ਤੋਂ ਬਾਅਦ ਦੀ ਸੀਗੀ, ਸੋ ਜਦੋਂ ਪੂਰੀ ਦੁਨੀਆ ਪੂਰੇ ਪੰਜਾਬ ਦੇ ਵਿੱਚ ਜਦੋਂ ਔਰ ਇੱਥੇ ਕਰਫਿਊ ਲੱਗਿਆ ਔਰ ਦੇਸ਼ ਦੇ ਵਿੱਚ ਲੋਕਡਾਊਨ ਕਰ ਦਿੱਤਾ ਗਿਆ, ਸਟੈਂਡ ਸਟਿਲ ਹੋ ਗਿਆ ਪੂਰਾ ਇੰਡੀਆ, ਸੋ ਉਸ ਤੋਂ ਬਾਅਦ ਉਹ ਲੋਕ
बीते दिन कुछ लोग आ रहे थे मध्य प्रदेश के बहुत खज्जल खुआरी हुई है और कई थावां ते उन्हां नूं रोकिया भी गया। सो ये बहुत एक वधिया उपराला है क्योंकि लोग अपने इतने वापसी हो जाएगी वधिया तरीके दे नाल रह सकणगे। इस दे नाल ही सुमन दिल्ली दे विच भी कुछ लोग फसे हुए ने, DSGMC दे वल्लों भी लगातार अपील की जा रही है। मजरू का टिल्ला गुरुद्वारे दे विच जिहड़ा एकांतवास भी उन्हां दा कीता गया सी ओह खत्म हो चुका। सो ओह भी इस तरह बहुत ज्यादा लोग फसे हुए ने, कुछ स्टूडेंट फसे हुए ने, उन्हां दे वल्लों स्पैशल जिहड़ियां बसां चलाईआं जा रहीआं ने। मैनूं लगदा कि पंजाब सरकार इस मामले दे विच थोड़ी लेट हुई है और ये उपराला बहुत पहला कर लेना चाहिए सी क्योंकि 21 तरीक तो बाद तो तुसीं देख लो किन्ने दिन हो गए और किहड़े हालातां दे विच लोग रहिंदे होणगे क्योंकि हफ्ते का प्रबंध करके गया हुंदा, बहुत बुजुर्ग होणगे, बहुत बच्चे होणगे, सो वड्डे पद्धर ते सफर होए होणगे इस तरह। जी गगन बिल्कुल, एक बार फिर तो तुहानूं दस दिंदे आ कि अज दे जो ताज़ा अपडेट साडे तक पहुंचे ने, जेकर सूबे की गल की जाए तो सूबे दे विच इस वेले जिहड़े करोना वायरस पॉजिटिव मरीजां दी गिणती ओह वध के मैडिकल बुलेटिन दे हिसाब नाल 238 ते पहुंच गई है। पर कुछ ही पल पहला साढ़े को एक होर अपडेट सामने आया, जलंधर के 6 होर मरीज पाए गए हैं, 6 नवे मामले जलंधर तो सामने आए हैं, जिस तो बाद गिनती वध के जी है 244 से पहुँच जाती है। तो एक वड्डी चिंता का विषय है, उत्थे ही 35 लोगों ने जी है पंजाब सूबे दे विच रिकवरी की है करोना वायरस होने के बावजूद, पर 16 मौतां पंजाब दे विच हो जाणियां भी एक वड्डी जिहड़ा है चिंता का विषय है। गगन की लगता है कि आन वाला समा है जिहड़ा ये ठल मतलब ये जो रिकवरी का आंकड़ा है ये वधेगा या इस तरह जिहड़ी ढिल दिती जा रही है इहनूं देखदे हुए हालात होर जिहड़े बदतों बदतर होणगे? सुमन देखो ये बड़ा असमंजस हूँ इस तरह की गल में, आप पक्के तौर पर कदे भी नहीं कह सकते क्योंकि देखो तुम पंजाब दे विच दो दिन ठीक रहे, कल एकदम एको शहर दे विचों इन्ने मामले का सामने आना, 15 मामले सामने आने, और जिवें अज शाम तक सीगा कि अज मोहाली दे विच सिर्फ 4 मामले सामने आए, हालांकि चंडीगढ़ दे विच भी आए थे, पर हुण जिवें कि अपने कोल अपडेट आई है कि जलंधर दे विच 6 मामले सामने आ गए ने। सो देखो एकदम मामले वधे ने, बेसिकली जदों रैपिड टैसटिंग शुरू होगी जिस दिन भी होगी, जिस दिन वड्डे पद्धर से लोगों तक अप्रोच होगी उस दिन तुम देखियो कि मामले बहुत तेजी बढ़ने। साडा मंतव यह कदे भी नहीं हुंदा कि लोगों को किसी तरह का कोई डरावा करना, क्योंकि जेकर रोग का पता लगेगा तो इलाज होगा, जिमें कि नौसेना के भारतीय नौसेना के किन्ने देखिए कि कल जे सैनिक ने पॉजिटिव पाए गए हैं, और वड्डी गल सुमन यह है कि उन्होंने कोई सिमटम्स ही नहीं, और जेकर इस तरह वो लंबे समय तक रह जाते शायद उन्होंने बचाना बहुत औखा हो जाना सी। और जेड़े मरहूम कोहली सके जे अनिल कोहली सी जिन्हें डैथ हुई है SCP, और 12 तरीक नूं उह होए सीगे अपोलो हस्पताल दे विच लुधियाणे दाखल, तुसीं देखो कि किन्ने क दिनां दा वक्फा रहा ते उहनां दी डैथ वी हो गई। बहुत धन्नवाद गगन जानकारी सांझी करन दे लई, ते इह सूबे दे अपडेट्स तुहाडे नाल सांझे कीते ने। इस दे नाल नाल ही इही सुनेहा इक्को सुनेहा जिहड़ा पहले दिन तों लगा रहे हां, अपना दा अपना ते अपणियां दा जिहड़ा है जरूरत तों ज़्यादा ध्यान रखो, जिन्ना तुसीं बचाव अपना कर सकदे हो तुहाडे अपने हथ विच है, तुसीं अपने आप नूं इस महामारी तों किस तरह बचाउणा है। पर इह वधदे आंकड़े इक वड्डी चिंता दा विशा है, असीं इक वार फिर तों कह दिंदे हां कि साडा मकसद किसे नूं भी डराना नहीं है, बल्कि साडा मकसद है तुहाडे तक इह जरूर जानकारी जिहड़ी है पहुंचे तां कि तुसीं सावधानी वरतो। वधेरे अपडेट्स लैके जल्दी हाजिर होवांगे, फिलहाल ही मैनूं दिओ इजाजत, तुसीं देखदे रहो डेली पोस्ट पंजाबी, धन्नवाद।